ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਕੋਲ ਸਹਿਜ ਪਾਠ ਮੁਕਾਬਲੇ ਦੇ ਵਿੱਚ, ਸਹਿਜ ਪਾਠ ਗੁਰਬਾਣੀ ਉਚਾਰਨ ਮੁਕਾਬਲੇ ਵਿੱਚ ਸ਼ਹੀਦ ਦਰਸ਼ਨ ਸਿੰਘ ਫਿਰਮਾਨ ਕਾਲਜ ਦੇ ਬੱਚੇ ਆਏ ਨੇ। ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਇੱਕ ਇੱਕ ਵਾਰੀ ਸਹਿਜ ਪਾਠ ਦਾ ਘੱਟੋ ਘੱਟ ਭੋਗ ਪਾਇਆ ਹੋਇਆ, ਅਤੇ ਇਹ ਆਪਣੇ ਆਪਣੇ ਬੱਚੇ ਸਹਿਜ ਪਾਠ ਦਾ ਜਿਹੜਾ ਅਨੁਭਵ ਉਹ ਦੱਸਣਗੇ ਸਾਨੂੰ ਵੀ ਕਿਸ ਤਰ੍ਹਾਂ ਮਹਿਸੂਸ ਕਰਦੇ। ਬੇਟੇ ਤੁਹਾਡਾ ਨਾਮ? ਸ਼ਹਿਰੀਨ ਕੌਰ। ਸ਼ਹਿਰੀਨ ਕੌਰ, ਕਿੰਨੀ ਵਾਰੀ ਸਹਿਜ ਪਾਠ ਸੰਪੂਰਨ ਕੀਤਾ ਤੁਸੀਂ? ਪਹਿਲੀ ਵਾਰੀ ਆ। ਪਹਿਲੀ ਵਾਰੀ ਸਹਿਜ ਪਾਠ ਕੀਤਾ, ਤੁਸੀਂ ਆਪਣੇ ਸਹਿਜ ਪਾਠ ਦਾ ਕੋਈ ਅਨੁਭਵ ਦੱਸਣਾ ਚਾਹੁੰਦੇ ਹੋ ਸੰਗਤ ਨੂੰ? ਬਹੁਤ ਵਧੀਆ ਲੱਗਾ। ਕੀ ਮਹਿਸੂਸ ਕਰਦੇ ਸਹਿਜ ਪਾਠ? ਤੁਸੀਂ ਆਪਣੇ ਦਿਲ ਦਾ ਨਾ ਜੋ ਵੀ ਦਿਲ ਦੀ ਗੱਲ ਹੈ ਨਾ ਉਹ ਕਲੀਅਰ ਕਰਨੀ, ਹੋ ਸਕਦਾ ਤੁਹਾਡੇ ਵੱਲ ਵੇਖ ਕੇ ਹਜ਼ਾਰਾਂ ਬੱਚੇ ਪਾਠ ਸ਼ੁਰੂ ਕਰ ਲੈਣ, ਠੀਕ ਹੈ? ਤੁਹਾਡੇ ਦਿਲ ਦੀ ਗੱਲ ਵੀ ਸਹਿਜ ਪਾਠ ਪ੍ਰਤੀ ਤੁਹਾਡੇ ਦੋ ਦਿਲ ਵਿੱਚ ਹੈ ਨਾ, ਜੋ ਤੁਸੀਂ ਮਹਿਸੂਸ ਕੀਤਾ ਘਰ ਵਿੱਚ ਜਾਂ ਆਪਣੇ ਆਪ ਵਿੱਚ ਤਬਦੀਲੀ ਲਿਆਉਂਦੀ, ਉਹਦੇ ਬਾਰੇ ਕੁਝ ਦੱਸਣਾ ਚਾਹੋਗੇ ਸੰਗਤ ਨੂੰ? ਹਾਂਜੀ, ਮੈਂ ਸਵੇਰੇ ਜਲਦੀ ਉੱਠ ਕੇ ਪਾਠ ਕਰਦੀ ਸੀ। ਹੁਣ ਮਤਲਬ ਕਿ ਜਲਦੀ ਉੱਠਣਾ ਸ਼ੁਰੂ ਹੋ ਗਏ, ਇਹ ਸਾਡੇ ਵਿੱਚ ਇੱਕ ਨਵੀਂ ਹੈਬਿਟ ਸ਼ੁਰੂ ਹੋਈ, ਅਸੀਂ ਸਹਿਜ ਪਾਠ ਕਰਕੇ ਜਲਦੀ ਉੱਠਣਾ ਸ਼ੁਰੂ ਹੋ ਗਏ। ਤਿਆਰ ਹੋ ਕੇ ਪਹਿਲਾਂ ਤਿਆਰ ਹੋ ਗਏ ਬਿਲਕੁਲ ਸਕੂਲ ਲਈ, 15-20 ਮਿੰਟ ਅੱਧਾ ਘੰਟਾ ਪਹਿਲਾਂ, ਅਤੇ ਉਨੀ ਦੇਰ ਬਾਣੀ ਪੜ੍ਹ ਲਈ, ਸਹੀ ਹੈ ਨਾ? ਤੁਸੀਂ ਪੁੱਤਰ, ਤੁਹਾਡਾ ਨਾਮ ਕੀ ਹੈ? ਗੁਰਪ੍ਰੀਤ ਕੌਰ। ਕਿਹੜੀ ਕਲਾਸ ਵਿੱਚ ਪੜ੍ਹਦੇ ਹੋ? 9th A। 9th A। ਕਿੰਨਵਾਂ ਸਹਿਜ ਪਾਠ ਤੁਹਾਡਾ? ਪਹਿਲਾ ਸਹਿਜ ਪਾਠ ਹੈ, ਸੰਪੂਰਨ ਕਰ ਲਿਆ? ਹਾਂਜੀ। ਦੂਜਾ ਸ਼ੁਰੂ ਕੀਤਾ ਕਿ ਨਹੀਂ? ਹਲੇ ਕਰਤਾ ਹੋਵੇ, ਦੂਜਾ ਵੀ ਸ਼ੁਰੂ ਕਰ। ਫਿਰ ਦੂਸਰਾ ਕਹਿਣਾ? ਕਿੰਨਵਾਂ ਸਹਿਜ ਪਾਠ ਤੁਹਾਡਾ ਜ਼ਿੰਦਗੀ ਦਾ ਦੂਸਰਾ? ਤੁਹਾਨੂੰ ਪਤਾ ਕਲਪਨਾ ਚਾਵਲਾ ਦੇ ਪਿਤਾ ਜੀ ਦਾ 113ਵੇਂ ਸਹਿਜ ਪਾਠ ਦਾ ਭੋਗ ਪਾਇਆ ਉਹਨਾਂ ਨੇ, ਸ਼੍ਰੀ ਬਨਾਰਸੀ ਲਾਲ ਚਾਵਲਾ ਜੀ, ਇਹ ਮੈਂ ਦੱਸਾਂਗਾ। ਅੱਛਾ, ਸਹਿਜ ਪਾਠ ਬਾਰੇ ਤੁਸੀਂ ਕੀ ਅਨੁਭਵ ਕਰਨਾ ਚਾਹੁੰਦੇ? ਤੁਹਾਡੇ ਘਰ ਵਿੱਚ ਔਰ ਤੁਹਾਡੇ ਪਰਿਵਾਰ ਵਿੱਚ ਕੀ ਤਬਦੀਲੀ ਆਈ ਔਰ ਤੁਹਾਡੇ ਵਿੱਚ ਕੀ ਤਬਦੀਲੀ ਆਈ, ਉਹਦੇ ਬਾਰੇ ਦੱਸੋ। ਮੈਨੂੰ ਜਿਸ ਤਰ੍ਹਾਂ ਪਹਿਲੇ ਹਨੇਰੇ ਤੋਂ ਬਹੁਤ ਡਰ ਲੱਗਦਾ ਸੀ, ਮੈਂ ਇਕੱਲੀ ਕਿਤੇ ਜਾਂਦੀ ਨਹੀਂ ਹੁੰਦੀ ਸੀ ਬਾਹਰ, ਅਤੇ ਹੁਣ ਮੈਨੂੰ ਇੰਨਾ ਡਰ ਨਹੀਂ ਲੱਗਦਾ ਕਦੀ ਹਨੇਰੇ ਤੋਂ, ਮੈਂ ਇਕੱਲੀ ਬਾਹਰ ਚੱਲ ਜਾਂਦੀ ਹਾਂ। ਹੁਣ ਇਕੱਲੇ ਚੱਲ ਜਾਂਦੇ ਹੋ, ਵਾਹ ਜੀ ਵਾਹ। ਦੇਖੋ ਗੁਰੂ ਸਾਹਿਬ ਨੇ ਨਿਰਭੈ ਦਿੱਤਾ, ਬੋਲੋ ਨਿਰਭਉ ਜਪੈ, ਨਿਰਭਉ ਜਪੈ ਸਗਲ ਭਉ ਮਿਟੈ, ਸਗਲ ਭਉ ਮਿਟੈ ਜਿਨ ਨਿਰਭਉ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ, ਤਿਨਕਾ ਭਉ ਸਭ ਗਵਾਸੀ, ਸਭ ਗਵਾਸੀ। ਸ਼ਾਬਾਸ਼। ਤੁਹਾਡਾ ਪੁੱਤਰ ਨਾਮ? ਲਵਦੀਪ ਕੌਰ। ਤੁਹਾਡਾ ਕਿੰਨਵਾਂ ਸਹਿਜ ਪਾਠ ਹੈ? ਪਹਿਲਾ। ਇੱਕ ਸੰਪੂਰਨ ਕਰ ਲਿਆ? ਹਾਂਜੀ। ਫਿਰ ਦੂਸਰਾ ਸ਼ੁਰੂ ਕੀਤਾ ਕਿ ਨਹੀਂ ਹਲੇ? ਨਹੀਂ, ਅੱਜ ਸ਼ੁਰੂ ਕਰ। ਹਾਂ, ਸ਼ੁਰੂ ਕਰਨਾ। ਫਿਰ ਤੁਹਾਡਾ ਪਹਿਲਾ ਹੀ ਪੂਰਾ ਕੀਤਾ ਤੁਸੀਂ, ਸਹਿਜ ਪਾਠ ਪ੍ਰਤੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਸ ਇਹ ਕਹਿਣਾ ਚਾਹੁੰਦੇ ਵੀ ਜਦੋਂ ਵੀ ਪਾਠ ਕਰਦੇ ਸੀ ਉਦੋਂ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਸੀ, ਮਨ ਇੱਧਰ ਉੱਧਰ ਭਟਕਦਾ ਨਹੀਂ ਸੀ, ਬੁਰੇ ਕੰਮਾਂ ਵੱਲ ਨਹੀਂ ਸੀ ਜਾਂਦਾ, ਜਿੱਦਾਂ ਮੈਮ ਸਾਨੂੰ ਦੱਸਦੇ ਰਹੇ ਨਾ, ਸਾਰੀਆਂ ਇਗਜ਼ੈਂਪਲਸ ਨਾਲ ਦਿੰਦੇ ਰਹੇ ਹਾਂ ਵੀ ਸਹਿਜ ਪਾਠ ਕਰਦੇ ਹਾਂ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਆ, ਆਪਾਂ ਨੂੰ ਕਿਸੇ ਵੀ ਗੱਲ ਦਾ ਕੋਈ ਡਰ ਨਹੀਂ ਲੱਗਦਾ, ਨਾ ਆਪਣਾ ਕਿਸੇ ਨਾਲ ਕੋਈ ਵੈਰ ਰਹਿੰਦਾ ਹੈ, ਆਪਾਂ ਨਿਰਭਉ ਨਿਰਵੈਰ ਹੋ ਜਾਂਦੇ ਹਾਂ, ਨਿਰਭਉ ਅਤੇ ਨਿਰਵੈਰ ਹੋ ਜਾਂਦੇ ਹਾਂ। ਉਹ ਗੁਣ ਸਾਡੇ ਵਿੱਚ ਆਉਣੇ ਸ਼ੁਰੂ ਹੁੰਦੇ ਗੁਰੂ ਸਾਹਿਬ ਵਾਲੇ, ਕਹਿੰਦੇ ਨੇ ਸਤਿਗੁਰ ਕੀ ਜਿਸਨੂੰ ਮੱਤ ਆਵਿਆ ਸੋ ਸਤਿਗੁਰੂ ਮਾਹੇ ਸਮਾਨਾ, ਉਹਦੇ ਵਿੱਚ ਸਮਾ ਜਾਂਦਾ ਅਤੇ ਉਹਦੇ ਵਰਗੇ ਬਣ ਜਾਂਦਾ। ਔਰ ਇਹਨਾਂ ਨੇ ਕਿਹਾ ਸਾਡੇ ਮੇਰੇ ਮਾੜੇ ਪਾਸਿਓਂ ਮੇਰੇ ਜਾਣਾ ਹਟ ਗਿਆ। ਹੁਣ ਗੁਰਬਾਣੀ ਦੀ ਭਗਤੀ ਪਤਾ, ਗੁਰ ਸ਼ਬਦੀ ਇਹ ਮਨ ਹੋੜੀ ਹੈ, ਗੁਰ ਸ਼ਬਦੀ ਇਹ ਮਨ ਹੋੜੀ ਹੈ, ਵੀ ਮਨ ਭੱਜਦਾ ਨਾ ਇੱਧਰ ਉੱਧਰ ਗਲਤ ਕੰਮਾਂ ਵਾਲੇ ਪਾਸੇ, ਅਤੇ ਗੁਰੂ ਦਾ ਸ਼ਬਦ ਕਹਿੰਦਾ ਨਹੀਂ ਭਾਈ ਇੱਧਰ ਨਹੀਂ ਜਾਣਾ, ਇਹ ਤੇਰਾ ਕੰਮ ਨਹੀਂ ਹੈ, ਠੀਕ ਹੈ ਨਾ? ਸ਼ਾਬਾਸ਼ ਪੁੱਤਰ। ਅਤੇ ਹੁਣ ਸਹਿਜ ਪਾਠ ਸ਼ੁਰੂ, ਤੁਸੀਂ ਕਿਸੇ ਹੋਰ ਨੂੰ ਵੀ ਸਹਿਜ ਪਾਠ ਸ਼ੁਰੂ ਕਰਵਾਇਆ ਕਿਸੇ ਨੇ? ਮੇਰੀ ਸਿਸਟਰ ਕਰਦੀ ਹੈ। ਤੁਹਾਡੀ ਸਿਸਟਰ ਕਰਦੇ ਨੇ? ਹਾਂਜੀ। ਵਾਹ ਜੀ ਵਾਹ। ਮੇਰੇ ਮੰਮਾ ਕਰਦੇ ਨੇ। ਤੁਹਾਡੇ ਮੰਮਾ ਕਰਦੇ ਨੇ ਘਰ 'ਚ? ਹਾਂਜੀ ਪੁੱਤਰ, ਤੁਹਾਡਾ ਨਾਮ? ਐਸ਼ਪ੍ਰੀਤ ਕੌਰ। ਐਸ਼ਪ੍ਰੀਤ ਕੌਰ, ਕਿਹੜੀ ਕਲਾਸ ਵਿੱਚ ਪੜ੍ਹਦੇ ਹੋ? 9th A। 9th। ਕਿੰਨਵਾਂ ਸਹਿਜ ਪਾਠ ਤੁਹਾਡਾ? ਪਹਿਲਾ ਸਹਿਜ ਪਾਠ ਪੂਰਾ ਕਰ ਲਿਆ? ਹਾਂਜੀ। ਅਤੇ ਦੂਜਾ ਸ਼ੁਰੂ ਕੀਤਾ ਕਿ ਨਹੀਂ ਹਲੇ? ਨਹੀਂ, ਹਜੇ ਆਰੰਭ ਨਹੀਂ ਕੀਤਾ। ਹੁਣ ਆਰੰਭ ਕਰ ਲੈਣਾ, ਸਹਿਜ ਪਾਠ ਨਾਲ ਹੀ ਆਰੰਭ ਕਰ ਲੈਣਾ। ਉਹਦਾ ਕਾਰਨ ਕੀ ਹੈ ਵੀ ਇੱਕ ਸਕਿੰਟ ਵੀ ਨਹੀਂ, ਰੋਟੀ ਵੀ ਵਾਰ ਵਾਰ, ਖਾਣਾ ਵੀ ਵਾਰ ਵਾਰ, ਨਹਾਉਣਾ ਧੋਣਾ ਵੀ ਵਾਰ ਵਾਰ, ਦਿਨ ਇੱਕ ਵਾਰੀ ਚੜ੍ਹਦਾ ਕਿ ਵਾਰ ਵਾਰ, ਫਿਰ ਸਹਿਜ ਪਾਠ ਵੀ ਵਾਰ ਵਾਰ, ਸਾਰੀ ਜ਼ਿੰਦਗੀ ਤੱਕ ਕਰਨਾ, ਠੀਕ ਹੈ? ਹੋਰ ਕਿਸੇ ਨੇ ਸ਼ੁਰੂ ਕਰਵਾਇਆ? ਹਾਂਜੀ, ਮੇਰੇ ਮਾਤਾ ਜੀ ਮੇਰੇ ਨਾਲ ਕਰਦੇ ਨੇ। ਮਾਤਾ ਜੀ ਵੀ ਕਰਦੇ? ਦੇਖੋ ਉਲਟਾ ਕੰਮ ਚੱਲ ਰਿਹਾ ਵੀ ਬੱਚੇ ਮਾਤਾ ਪਿਤਾ ਨੂੰ ਇਸ ਪਾਸੇ ਲਾ ਰਹੇ ਨੇ, ਅਤੇ ਤੁਸੀਂ ਸਹਿਜ ਪਾਠ ਪ੍ਰਤੀ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹਾਂਗੀ ਕਿ ਮੈਂ ਜਦੋਂ ਦੀ ਸਹਿਜ ਪਾਠ ਨਾਲ ਜੁੜੀ ਹਾਂ ਮੈਨੂੰ ਬਹੁਤ ਹੀ ਵਧੀਆ ਲੱਗਦਾ ਆ, ਮੇਰੇ ਮਨ ਦਾ ਡਰ ਜਿਹੜਾ ਸਾਰਾ ਖਤਮ ਹੋ ਗਿਆ ਹੈ। ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਉਹ ਸਾਰੇ ਸਹਿਜ ਪਾਠ ਸ਼ੁਰੂ ਕਰਨ, ਤਾਂ ਕਿ ਉਹ ਵੀ ਮੇਰੇ ਵਾਂਗ ਉਹਨਾਂ ਦਾ ਵੀ ਜਿਹੜਾ ਡਰ ਹੈ ਉਹ ਖਤਮ ਹੋ ਸਕੇ। ਅਤੇ ਮੈਂ ਜਦੋਂ ਦਾ ਸਹਿਜ ਪਾਠ ਸ਼ੁਰੂ ਕੀਤਾ ਆ ਉਦੋਂ ਦਾ ਮੇਰੇ ਮਨ 'ਚ ਬਹੁਤ ਡਰ ਸੀਗਾ, ਮਤਲਬ ਮੈਂ ਇਕੱਲੀ ਨਹੀਂ ਜਾਂਦੀ, ਇਹ ਬਹੁਤ ਗੱਲ ਹੁੰਦੀ ਬੱਚਿਆਂ ਦੇ ਮਨ 'ਚ, ਮੇਰੇ 'ਚ ਵੀ ਹੈਗੀ ਸੀ, ਪਰ ਹੁਣ ਮੈਂ ਚਲੇ ਜਾਂਦੀ ਹਾਂ ਇਕੱਲੀ ਕਿਤੇ ਵੀ ਜਾਣਾ ਹੋਵੇ, ਅਤੇ ਹੁਣ ਮੈਨੂੰ ਬਹੁਤ ਵਧੀਆ ਵੀ ਲੱਗਦਾ ਆ ਕਿ ਮੈਂ ਸਹਿਜ ਪਾਠ ਕਰਦੀ ਹਾਂ, ਅਤੇ ਹੁਣ ਮੈਂ ਕੱਲ੍ਹ ਨੂੰ ਫਿਰ ਅੱਜ ਹੀ ਜਾ ਕੇ ਅਤੇ ਫਿਰ ਆਰੰਭ ਕਰਨਾ ਦੂਸਰਾ। ਬੋਲੇ ਸੋ ਨਿਹਾਲ। ਤੁਸੀਂ ਹੋਰ ਨੂੰ ਵੀ ਸ਼ੁਰੂ ਕਰਵਾਇਆ? ਨਹੀਂ। ਅੱਛਾ, ਹੋਰਾਂ ਨੂੰ ਵੀ ਸ਼ੁਰੂ ਕਰਾਉਣਾ? ਹਾਂਜੀ, ਆਪ ਵੀ ਕਰਨਾ ਅਤੇ ਹੋਰਾਂ ਨੂੰ ਵੀ ਸ਼ੁਰੂ ਕਰਾਉਣਾ। ਤੁਹਾਡਾ ਨਾਮ? ਕਿਰਨਜੋਤ ਕੌਰ। ਕਿਰਨਜੋਤ ਕੌਰ, ਕਿਹੜੀ ਸਕੂਲ ਵਿੱਚ ਪੜ੍ਹਦੇ ਹੋ? ਸ਼ਹੀਦ ਦਰਸ਼ਨ ਸਿੰਘ ਫਿਰਮਾਨ ਪਬਲਿਕ ਸਕੂਲ। ਕਿਹੜੀ ਕਲਾਸ ਵਿੱਚ? 8th। ਇਹ ਕਿੰਨਵਾਂ ਸਹਿਜ ਪਾਠ ਤੁਹਾਡਾ? ਪਹਿਲੇ ਸਹਿਜ ਪਾਠ ਦੀ ਸਮਾਪਤੀ।
ਸਾਰਾ ਕੁਛ ਕਰਨਾ ਆ, ਪੜ੍ਹਨਾ ਆ, ਉੱਦਾਂ ਪਾਠ ਵੀ ਡੇਲੀ ਕਰਨਾ ਹੁੰਦਾ ਆ। ਇਹ ਮੇਰੀ ਇੱਕ ਵਧੀਆ ਰੂਟੀਨ ਬਣ ਗਈ ਆ, ਸ਼ਾਮ ਨੂੰ ਡੇਲੀ ਕਰਨਾ ਹੀ ਕਰਨਾ, ਅਤੇ ਨਾਲੇ ਮੇਰੇ ਅੰਦਰ ਪੇਸ਼ੈਂਟਸ ਆਏ ਆ। ਮਤਲਬ ਕਿ ਮੈਂ ਸਹਿਜਤਾ ਨਾਲ ਹੁਣ ਕਰਦੀ, ਪਹਿਲਾਂ ਮੈਂ ਬੜਾ, ਮੇਰੇ ਮੰਮਾ ਕਹਿੰਦੇ ਸੀ ਕਿ ਪਹਿਲਾਂ ਇਹ ਹਰੇਕ ਕੰਮ ਫਟਾਫਟ, ਮਤਲਬ ਕਿ ਇਹ ਹੁੰਦਾ ਸੀਗਾ ਕਿ ਹਰੇਕ ਕੰਮ ਕਰਨਾ ਕਰਨਾ ਆ, ਹੁਣ ਇਹ ਕੀ ਕਰਨਾ ਆ, ਪਰ ਹੁਣ ਮੇਰੇ ਅੰਦਰ ਥੋੜ੍ਹੀ ਜਿਹੀ ਪੇਸ਼ੈਂਟਸ ਆ, ਸਹਿਜ ਆਉਣਾ ਸ਼ੁਰੂ ਹੋ ਗਿਆ। ਸੰਗਤ ਜੀ, ਸਹਿਜ ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਸਬਦੇ ਹੀ ਤੇ ਸਹਿਜ ਉਪਜੇ ਹਰ ਪਾਇਆ ਸਸ ਹੋਏ। ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਗੁਰੂ ਨਾਲ ਜੁੜਨ ਦੀ, ਵੀ ਸਾਡੇ ਅੰਦਰ ਸਹਿਜ, ਅਤੇ ਸਹਿਜ ਕਰਕੇ ਹੀ ਅਸੀਂ ਚੌਥੇ ਪਦ ਵੀ ਸਮਾਉਣਾ। ਰਜੋ ਤਮੋ ਸਤੋ ਤਿੰਨ ਗੁਣ ਨੇ ਸਾਡੇ, ਇਹਨਾਂ ਵਿੱਚ ਸਾਰੀ ਸ੍ਰਿਸ਼ਟੀ ਭੱਜੀ ਫਿਰਦੀ। ਚੌਥਾ ਪਦ ਕਿੱਥੇ ਹੈ? ਸਹਿਜ। ਉਹ ਸਹਿਜੇ ਸਹਿਜ ਕਿੱਥੋਂ ਆਏਗਾ? ਬਾਣੀ ਪੜ੍ਹ ਕੇ। ਸ਼ਾਬਾਸ਼ ਪੁੱਤਰ। ਘਰ ਵਿੱਚ ਹੋਰ ਕੌਣ ਕੌਣ ਸਹਿਜ ਪਾਠ ਕਰਦਾ? ਮੇਰੀ ਦੀਦੀ ਨੇ ਮੈਨੂੰ ਸਟਾਰਟ ਕਰਵਾਇਆ ਸੀ। ਦੀਦੀ ਨੇ ਕਰਵਾਇਆ ਸੀ, ਉਹ ਕਰਦੇ ਨੇ। ਉਹਨਾਂ ਦਾ ਕਿੰਨਵਾਂ ਸਹਿਜ ਪਾਠ ਹੈ? ਉਹਨਾਂ ਦਾ ਜੀ ਪਹਿਲਾ ਆ। ਪਹਿਲਾ? ਉਹ ਆਏ ਅੱਜ ਮੁਕਾਬਲੇ 'ਚ? ਨਹੀਂ। ਚਲੋ, ਉਹਨਾਂ ਨੂੰ ਅਗਲੇ ਮੁਕਾਬਲੇ 'ਚ ਭੇਜ ਦਿਓ। ਤੁਹਾਡਾ ਨਾਮ ਪੁੱਤਰ? ਜਪਪ੍ਰੀਤ ਕੌਰ। ਜਪ? ਰੀਤ ਕੌਰ। ਰੀਤ ਕੌਰ, ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ? 10th ਵਿੱਚ। ਕਿੰਨਵਾਂ ਸਹਿਜ ਪਾਠ ਤੁਹਾਡਾ? ਪਹਿਲਾ। ਪੂਰਾ ਕਰ ਲਿਆ? ਹਾਂਜੀ। ਅਤੇ ਹੁਣ ਦੂਜਾ ਸ਼ੁਰੂ ਕਰਨਾ? ਹਾਂਜੀ। ਸ਼ਾਬਾਸ਼। ਅਤੇ ਤੁਸੀਂ ਦੱਸੋ, ਤੁਹਾਡੇ ਔਰ ਤੁਹਾਡੇ ਪਰਿਵਾਰ ਵਿੱਚ ਕੀ ਤਬਦੀਲੀ ਆਈ, ਕੀ ਮਹਿਸੂਸ ਕੀਤਾ ਸਹਿਜ ਪਾਠ ਕਰਕੇ? ਕਈ ਵਾਰ ਹੁੰਦਾ ਵੀ ਘਰ ਵਿੱਚ ਬੜਾ ਕੁਝ ਚੇਂਜ ਹੁੰਦਾ, ਉਹਦੇ ਬਾਰੇ ਥੋੜ੍ਹਾ ਦੱਸੋ ਤੁਸੀਂ। ਜੀ, ਮੇਰੇ ਘਰਦਿਆਂ ਨੂੰ ਮਤਲਬ ਬਹੁਤ ਵਧੀਆ ਲੱਗਾ ਕਿ ਮੈਂ ਪਾਠ ਕਰਦੀ ਹਾਂ। ਹੁਣ ਸਾਰਿਆਂ ਨੇ ਸ਼ੁਰੂ ਕੀਤਾ ਹੈ, ਮੇਰੇ ਮੰਮਾ ਵੀ ਕਰਦੇ, ਮੇਰੇ ਚਾਚੀ ਜੀ ਵੀ, ਮੇਰੇ ਦਾਦੀ ਵੀ ਕਰਦੇ ਆ। ਵਾਹ, ਬੋਲੇ ਸੋ ਨਿਹਾਲ। ਦੇਖੋ ਜੀ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬੱਚੀ ਪੋਥੀ ਲੈ ਕੇ ਗਈ ਅਤੇ ਘਰ ਦੇ ਕਿੰਨੇ ਮੈਂਬਰ ਜਿਹੜੇ ਸੀ ਉਹ ਸਹਿਜ ਪਾਠ ਨਾਲ ਜੁੜ ਗਏ। ਸ਼ਾਬਾਸ਼। ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਸਹਿਜ ਪਾਠ ਪ੍ਰਤੀ? ਕਿ ਸਾਰਿਆਂ ਨੂੰ ਹੀ ਸਹਿਜ ਪਾਠ ਕਰਨਾ ਚਾਹੀਦਾ ਆ, ਅੱਗੇ ਹੋਰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਆ। ਹਾਂ, ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਸਹਿਜ ਪਾਠ ਕਰਨ ਨਾਲ। ਨਵੀਆਂ ਨਵੀਆਂ ਚੀਜ਼ਾਂ ਮਿਲਦੀਆਂ ਸਾਰੇ ਵਿੱਚ, ਹੈ ਨਾ? ਨਾਲੇ ਪੜ੍ਹਾਈ ਹੈ ਜੀ, ਇਹ ਸਹਿਜ ਪਾਠ ਪੜ੍ਹਾਈ ਜਿਹਦੇ ਅਧਿਆਪਕ ਸਾਹਿਬਾਨ ਪੜ੍ਹਾਉਂਦੇ ਨੇ ਅਤੇ ਗੁਰੂ ਸਾਹਿਬਾਨ ਪੜ੍ਹਾਉਂਦੇ ਨੇ, ਅਤੇ ਗੁਰੂ ਸਾਹਿਬ ਕੋਲੋਂ ਪੜ੍ਹ ਕੇ ਕੋਈ ਵੀ ਬੱਚਾ ਕਦੇ ਮਾੜੇ ਪਾਸੇ ਨਹੀਂ ਜਾਏਗਾ। ਹਾਂ ਪੁੱਤਰ, ਤੁਹਾਡਾ ਨਾਮ? ਹਰਸੁਮੀਤ ਕੌਰ। ਹਰਸੁਮੀਤ ਕੌਰ, ਕਿੰਨਵਾਂ ਸਹਿਜ ਪਾਠ ਤੁਹਾਡਾ? ਪਹਿਲਾਂ ਕੰਪਲੀਟ ਕਰ ਲਿਆ। ਅਤੇ ਦੂਜਾ ਸ਼ੁਰੂ ਕਰਨਾ ਹਾਲੇ? ਹਾਂਜੀ, ਕਰ। ਕਰੋਗੇ ਜਲਦੀ? ਹਾਂਜੀ ਹਾਂਜੀ। ਸ਼ਾਬਾਸ਼। ਅਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਹਿਜ ਪਾਠ ਵਿੱਚ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ, ਔਰ ਆਪਣੇ ਵਿੱਚ ਔਰ ਆਪਣੇ ਪਰਿਵਾਰ ਵਿੱਚ ਕੀ ਤਬਦੀਲੀ ਆਈ, ਆਪਣੇ ਅਨੁਭਵ ਸਾਂਝੇ ਕਰਨਾ ਸਾਡੇ ਨਾਲ? ਮੈਨੂੰ ਪਹਿਲਾਂ ਗੁੱਸਾ ਆਉਂਦਾ ਸੀ, ਪਰ ਹੁਣ ਬੜਾ ਮਨ ਸ਼ਾਂਤ ਹੁੰਦਾ ਜਦੋਂ ਪਾਠ ਕਰਦੀ, ਅਤੇ ਇੱਕ ਦੋ ਟਾਈਮ ਪਾਠ ਕਰਦੀ, ਸਵੇਰੇ ਸਵੇਰੇ ਜਲਦੀ ਉੱਠਣ ਦੀ ਆਦਤ ਪੈ ਗਈ, ਰਾਤ ਨੂੰ ਜਲਦੀ ਸੌਣ ਦੀ ਆਦਤ ਪੈ ਗਈ। ਅਤੇ ਦੂਸਰੀ ਗੱਲ, ਜਿਹੜੇ ਅੱਜ ਕੱਲ੍ਹ ਦੇ ਬੱਚੇ ਦੂਸਰੇ ਕੰਮਾਂ ਵੱਲ ਜ਼ਿਆਦਾ ਧਿਆਨ ਦਿੰਦੇ ਨੇ, ਹੈ ਨਾ, ਪਾਠ ਗੁਰਬਾਣੀ ਤੋਂ ਹਟ ਕੇ ਜਿੱਦਾਂ ਫੋਨ ਵਗੈਰਾ ਉਹਨਾਂ ਵੱਲ ਜ਼ਿਆਦਾ ਧਿਆਨ ਦਿੰਦੇ ਨੇ, ਉਹਨਾਂ ਨੂੰ ਛੱਡ ਕੇ ਗੁਰਬਾਣੀ ਵੱਲ ਜੁੜਾਂਗੇ ਨਾ, ਜ਼ਿੰਦਗੀ ਸਵਰਗ ਬਣ ਜਾਊਗੀ। ਵਾਹ ਜੀ ਵਾਹ, ਬਹੁਤ ਵਧੀਆ ਜੀ। ਇਹ ਪੁਆਇੰਟ ਨੋਟ ਕਰਨ ਵਾਲੀ ਗੱਲ ਹੈ, ਬੱਚੀ ਨੇ ਕਿਹਾ ਵੀ ਗੁੱਸਾ ਕਰਨਾ ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਸੋ ਬਹੁਤ ਬਹੁਤ ਧੰਨਵਾਦ ਜੀ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਰਹੀਆ ਔਰ ਸਕੂਲ ਦਾ, ਜਿਨ੍ਹਾਂ ਨੇ ਇਸ ਬੱਚਿਆਂ ਨੂੰ, ਬਹੁਤ ਹਜ਼ਾਰਾਂ ਹੀ ਬੱਚਿਆਂ ਨੂੰ ਇੱਥੋਂ ਸਹਿਜ ਪਾਠ ਕਰਕੇ ਜਾ ਚੁੱਕੇ ਨੇ, ਅਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਸਹਿਜ ਪਾਠ ਮੁਕਾਬਲੇ, ਗੁਰਬਾਣੀ ਉਚਾਰਨ ਮੁਕਾਬਲੇ 'ਚ ਸ਼ਾਮਿਲ ਹੋਏ ਨੇ ਬੱਚੇ। ਅਸੀਂ ਸਕੂਲ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।